ਤਾਂ ਬੇਲੀਓ ਕੀ ਹਾਲ ਹੈ, ਉਮੀਦ ਕਰਨਾ ਕਿ ਠੀਕ ਹੋਵੋਗੇ। ਤੁਸੀਂ ਵੇਖ ਰਹੇ ਹੋ ਯੂਟਿਊਬ ਅਤੇ ਫੇਸਬੁੱਕ ਚੈਨਲ ਪੰਜਾਬੀ ਫੂਡ ਵਲੌਗ। ਤੁਹਾਡਾ ਭਰਾ ਨਵੇਂ ਵਲੌਗ ਨਾਲ ਹਾਜ਼ਰ ਹੈ ਅਤੇ ਅਸੀਂ ਆਏ ਹਾਂ ਬਾਵਨ ਨਗਰ। ਬਾਵਨ ਨਗਰ ਆਓਗੇ ਤਾਂ ਤੁਸੀਂ ਟਰੱਕ ਅੱਡੇ ਨਾ ਆਓ ਤਾਂ ਹੋ ਹੀ ਨਹੀਂ ਸਕਦਾ। ਟਰੱਕ ਅੱਡੇ ਆ ਕੇ ਤੁਹਾਨੂੰ ਮਿਲੇਗਾ ਲਾਈਵ ਖਾਣਾ। ਲਾਈਵ ਖਾਣੇ ਦੇ ਵਿੱਚ ਮੁਰਗੀ ਦਾ ਗੋਸ਼ਤ, ਕੱਟੇ ਦਾ ਗੋਸ਼ਤ ਅਤੇ ਬੱਕਰੇ ਦਾ ਗੋਸ਼ਤ ਇਹ ਤੁਹਾਨੂੰ ਲਾਈਵ ਮਿਲੇਗਾ, ਕੋਈ ਪੱਕਿਆ ਹੋਇਆ ਨਹੀਂ ਹੋਏਗਾ। ਤਾਂ ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਜੰਗਲ, ਅਸੀਂ ਆ ਗਏ A1 ਹੋਟਲ 'ਤੇ। ਇਹ ਆ ਗਿਆ A1 ਹੋਟਲ। A1 ਹੋਟਲ ਤੋਂ ਪਹਿਲੇ ਤਾਂ ਅੱਜ ਤੱਕ ਕਦੀ ਕੋਈ ਚੀਜ਼ ਟਰਾਈ ਨਹੀਂ ਕੀਤੀ ਅਤੇ ਅੱਜ ਪਹਿਲੀ ਦਫਾ ਟਰਾਈ ਕਰਨ ਲੱਗੇ। ਅੱਗੇ ਚੱਲ ਕੇ ਪੂਰਾ ਵੇਖਦੇ ਕਿ ਕਿਸ ਤਰ੍ਹਾਂ ਬਣਾਉਂਦੇ ਨੇ, ਕਿਸ ਤਰ੍ਹਾਂ ਜਾਂ ਪ੍ਰੈਸ਼ਰ ਕੁੱਕਰ 'ਚ ਬਣਾਉਂਦੇ ਨੇ ਅਤੇ ਜਾਂ ਨੂੰ ਬਣਾਉਂਦੇ ਨੇ ਕੜਾਹੀ 'ਚ, ਜਾਂ ਨੂੰ ਬਣਾਉਂਦੇ ਨੇ ਲੱਕੜਾਂ 'ਚ। ਮੁਕੰਮਲ ਮਾਲੂਮਾਤ ਦਿਆਂਗੇ ਅਤੇ ਟੇਸਟ ਵੀ ਤੁਹਾਨੂੰ ਦੱਸਾਂਗੇ ਕਿ ਇਹਨਾਂ ਦਾ ਟੇਸਟ ਕਿਹੋ ਜਿਹਾ ਹੈ। ਅਤੇ ਮੁਕੰਮਲ ਮਾਲੂਮ ਵਾਸਤੇ ਮੇਰੇ ਨਾਲ ਰਹਿਣਾ ਜੇ ਅਦੀਲ ਭਾਈ ਅਤੇ ਅਬੂ ਬਕਰ ਭਾਈ ਇਹ ਸਾਹਮਣੇ ਬੈਠੇ ਨੇ, ਇੰਤਜ਼ਾਰ ਕਰ ਰਹੇ ਨੇ ਅਤੇ ਤੁਹਾਡਾ ਭਰਾ ਬਣਾ ਰਿਹਾ ਇੰਟਰੋ। ਇੰਟਰੋ ਬਣਾਉਣ ਤੋਂ ਬਾਅਦ ਆਰਡਰ ਦਿੰਦੇ ਹਾਂ। ਆਰਡਰ ਦੇਣ ਤੋਂ ਬਾਅਦ ਤਕਰੀਬਨ ਕੋਈ ਸਾਨੂੰ 15 ਤੋਂ 20 ਮਿੰਟ ਲੱਗਣਗੇ। ਮੁਕੰਮਲ ਮਾਲੂਮਾਤ ਲੈ ਲਈਏ, ਪੂਰੀ ਮਾਲੂਮਾਤ ਤੁਹਾਨੂੰ ਦਿੰਦੇ ਹਾਂ। ਜਿਵੇਂ ਕਿ ਹਰ ਵਲੌਗ ਦੇ ਵਿੱਚ ਤੁਹਾਨੂੰ ਦੱਸਣੇ ਆ ਕਿ ਮੇਰੇ ਨਾਲ ਕੌਣ ਹੈ। ਮੇਰੇ ਨਾਲ ਹੈਗਾ ਅਦੀਲ ਭਾਈ ਅਤੇ ਅਬੂ ਬਕਰ ਭਾਈ। ਇਹ ਅੱਜ ਦਾ ਖਾਣਾ ਖਵਾ ਰਿਹਾ। ਉਮਰ ਭਾਈ ਖਵਾ ਰਹੇ ਨੇ ਖਾਣਾ, ਲੇਕਿਨ ਉਹਨਾਂ ਨੇ ਆਪ ਨਹੀਂ ਖਾਣਾ। ਉਹ ਕਹਿੰਦੇ ਨੇ ਮੈਂ ਦੋਸਤਾਂ ਦੇ ਨਾਲ ਪਹਿਲੇ ਖਾ ਗਏ ਹਾਂ ਬਾਹਰੋਂ, ਇਸ ਵਾਸਤੇ ਤੁਹਾਨੂੰ ਮੈਂ ਖਵਾਉਣਾ। ਮਟਰ ਨਹੀਂ ਡਿਸਾਈਡ ਹੋਇਆ। ਇਹ ਵੇਖੋ, ਇਹਨਾਂ ਨੇ ਪੂਰਾ ਨਾ ਢੱਕ ਕੇ ਰੱਖੇ ਹੋਏ ਆ। ਇਹਨੂੰ ਹੁਣ ਇਹ ਬਣਾਉਣਗੇ। ਪੂਰੀ ਲੱਤ ਜੀ ਨਾ ਕਰਾ ਲੈਣਾ। ਇਹ ਜੀ ਗੋਸ਼ਤ ਆ ਗਿਆ ਆਪਣਾ, ਰਾਨ ਦਾ ਪੀਸ ਹੈ, ਇਹਦੇ ਨਾਲ ਲਵਾਵਾਂਗੇ। ਇਹ ਇੱਕ ਛੋਟਾ ਜਿਹਾ ਪੀਸ ਪਿਆ ਸੀ, ਉਹਨੇ ਕਿਹਾ ਨਹੀਂ ਭਾਈ ਇਹਦੇ ਨਾਲ ਦਾ ਹੀ ਹੈ। ਅਸੀਂ ਕਿਹਾ ਨਹੀਂ ਯਾਰ, ਕਹਿੰਦਾ ਨਹੀਂ ਭਾਈ ਇਹਦੇ ਨਾਲ ਦਾ ਹੀ ਹੈ। ਬਹਰਲ ਕੁਛ ਇਹ ਪਾਏਗਾ, ਕੁਛ ਕਹਿੰਦਾ ਜੀ ਮੈਂ ਦੂਸਰੀ ਸਾਈਡ ਤੋਂ ਲਾ ਕੇ ਵੱਡੇ ਪੀਸ ਦੇ ਨਾਲੋਂ ਲਾ ਕੇ। ਮਜ਼ੇਦਾਰੀ ਗੱਲ ਇਹ ਕਿ ਵੇਖੋ ਸਾਫ਼ ਸਾਫ਼ ਪੀਸ ਸਾਨੂੰ ਉਹਨੇ ਦੇਣਾ ਬਣਾ ਕੇ। ਉਤਲੀ ਸਾਈਡ ਤੋਂ ਉਹਨੇ ਲਾ ਲਿਆ। ਪਹਿਲੇ ਵੀ ਅਦੀਲ ਭਾਈ ਹੋਰੀ ਇਹਦੇ ਕੋਲੋਂ ਲੈ ਕੇ ਜਾਂਦੇ ਨੇ, ਖਾ ਕੇ ਜਾਂਦੇ ਨੇ ਸਾਰੇ ਗੋਸ਼ਤ, ਯਾਨੀ ਕਿ ਮਟਨ ਵੀ, ਉਹ ਬੀਫ ਵੀ ਅਤੇ ਚਿਕਨ ਵੀ। ਇਹਨਾਂ ਕੋਲੋਂ ਤਾਜ਼ਾ ਗੋਸ਼ਤ ਲਟਕਿਆ ਹੁੰਦਾ। ਇਹ ਹੁਣ ਗੋਸ਼ਤ ਸਾਫ਼ ਹੋ ਰਿਹਾ ਆਪਣਾ, ਤਕਰੀਬਨ ਸਾਫ਼ ਹੀ ਪੀਸ ਜਿਹੜਾ ਸਾਨੂੰ ਮਿਲਿਆ। ਇਹ ਵੈਸੇ ਇਹਦੇ ਕੋਲੋਂ ਛਿਛੜੇ ਛਿਛੜੇ ਪਹਿਲੇ ਵੀ ਪਏ ਨੇ, ਲੇਕਿਨ ਸਾਨੂੰ ਉਹਨੇ ਜਿਹੜਾ ਲਾਹ ਕੇ ਦਿੱਤਾ ਉਹ ਆਲਰੇਡੀ ਸਾਫ਼ ਪੀਸ ਸੀ। ਅਲੱਗ ਤਾਂ ਗੋਸ਼ਤ ਤਾਜ਼ਾ ਰਿਹਾ, ਕਿਉਂਕਿ ਉਹ ਕਹਿੰਦੇ ਨੇ ਕਿ ਜਿਹੜਾ ਨਾ ਗੋਸ਼ਤ ਅਸੀਂ ਉਨਾ ਹੀ ਮੰਗਾਉਣਾ ਜਿੰਨਾ ਸਾਡਾ ਲੱਗਦਾ। ਗੋਸ਼ਤ ਬਣ ਰਿਹਾ, ਛੋਟੀਆਂ ਛੋਟੀਆਂ ਬੋਟੀਆਂ ਕਰਾਉਣੀਆਂ ਰਹਿੰਦੀਆਂ ਮਟਨ ਦੀਆਂ। ਇਹ ਮਟਨ ਆਪਣਾ ਰੈਡੀ ਹੋ ਗਿਆ ਜੀ, ਗੋਸ਼ਤ ਅਗਲੇ ਮਰਲੇ ਵਾਸਤੇ। ਉਹ ਸਾਫ਼ ਹੈਗਾ ਅਤੇ ਮੈਂ ਉਹਨਾਂ ਨੂੰ ਕਿਹਾ ਧੋਂਦੇ ਹੋ ਕਿ ਨਹੀਂ, ਕਹਿੰਦਾ ਨਹੀਂ ਭਾਈ ਇਹ ਵੇਖੋ ਇਹ ਜਾਲੀ ਵਾਲੇ ਬਰਤਨ 'ਚ ਪਾਇਆ ਅਸੀਂ, ਜਾਲੀ ਵਾਲੇ ਬਰਤਨ 'ਚ ਪਾ ਕੇ ਜ਼ਿਆਦਾ ਨਹੀਂ ਧੋਂਦੇ, ਉਹਦੇ ਵਾਸਤੇ ਗੋਸ਼ਤ ਦਾ ਟੇਸਟ ਖਰਾਬ ਹੋ ਜਾਂਦਾ। ਇਹ ਪਕਾਉਣ ਲੱਗੇ ਨੇ ਜੀ ਕੁੱਕਰ 'ਚ। ਕੁੱਕਰ ਦਾ ਵੈਸੇ ਐਕਸਪੀਰੀਅੰਸ ਨਹੀਂ ਹੈ, ਕੁੱਕਰ ਦਾ ਗੋਸ਼ਤ ਜਿਹੜਾ ਨਾ ਉਹ ਕਹਿੰਦੇ ਨੇ ਕਿ ਸਹੀ ਨਹੀਂ ਪੱਕਦਾ, ਲੇਕਿਨ ਫਿਰ ਵੀ ਇਹ ਕਹਿੰਦੇ ਜੀ ਅਸੀਂ ਕੁੱਕਰ 'ਚ ਹੀ ਪਕਾਉਣੇ ਹਾਂ, ਖਾਸ ਕਰ ਮਟਨ। ਇਹ ਗੋਸ਼ਤ ਆ ਗਿਆ, ਪਿਆਜ਼ ਆ ਗਏ, ਟਮਾਟਰ ਆ ਗਏ, ਮਸਾਲੇ ਆ ਗਏ, ਇਹ ਹਰੀਆਂ ਮਿਰਚਾਂ ਆ ਗਈਆਂ। ਇਹਨੂੰ ਪਾ ਕੇ ਅਤੇ ਇਹ ਹੋ ਗਿਆ ਢੱਕਣ ਬੰਦ। ਢੱਕਣ ਬੰਦ ਹੋ ਗਿਆ ਭਾਈ ਜੀ, ਇਹ ਚਲਾ ਗਿਆ ਅੱਗ 'ਤੇ। ਆਪਾਂ ਉਹਨੇ ਦਿਨ ਨੂੰ ਕਰ ਲਈਏ ਹਾਲ ਵਿਜ਼ਿਟ। ਇਹ ਹਾਲ ਵਿਜ਼ਿਟ ਹੈਗਾ ਜੀ, ਇਹ ਅੰਦਰ ਦਾ ਏਰੀਆ। ਇਹ ਇਹਨਾਂ ਦਾ ਕਿਚਨ ਕੁਚਨ ਹੈ ਜਿੱਥੇ ਸਲਾਦ ਵਗੈਰਾ ਬਣ ਰਿਹਾ।
ਉਹ ਜਗ੍ਹਾ ਹੈਗੀ ਮੈਨੂੰ ਅਬੂ ਬਕਰ ਭਾਈ ਕਹਿੰਦਾ ਇਹ ਅੰਦਰ ਨਾ ਵਿਖਾਉਣਾ, ਸਫਾਈ ਘੱਟ ਹੈਗੀ। ਮੈਂ ਕਿਹਾ ਫਿਰ ਜਿੱਥੇ ਸਫਾਈ ਜ਼ਿਆਦਾ ਹੋਏਗੀ ਉੱਥੇ ਟੇਸਟ ਨਹੀਂ ਹੋਏਗਾ, ਜਿੱਥੇ ਸਫਾਈ ਨਹੀਂ ਹੋਏਗੀ ਉੱਥੇ ਟੇਸਟ ਹੋਏਗਾ। ਇਹ ਜੀ ਇਹਨਾਂ ਦਾ ਅੰਦਰ ਦਾ ਹਾਲ ਹੈਗਾ। ਇਹ ਅੰਦਰ ਦਾ ਏਰੀਆ ਭਾਅ ਜੀ, ਇਹ ਦੂਸਰੀ ਸਾਈਡ 'ਤੇ ਵੀ ਹਾਲ ਬਣਿਆ ਹੋਇਆ, ਫੈਮਲੀ ਦੇ ਨਾਲ ਵੀ ਤੁਸੀਂ ਆ ਸਕਦੇ ਹੋ। ਅਤੇ ਬਾਹਰ ਓਪਨ ਜਿਹੜੀ ਜਗ੍ਹਾ ਹੈਗੀ ਉਹ ਸਹੀ ਕਮਾਲ ਦੀ ਹੈਗੀ, ਫੈਮਲੀ ਹਾਲ ਬਹੁਤ ਵੱਡਾ ਹੈ। ਇਹਦੀ ਜ਼ਰੂਰਤ ਪੈਂਦੀ ਹੈ ਜ਼ਿਆਦਾਤਰ ਸਰਦੀਆਂ ਦੇ ਵਿੱਚ, ਸਰਦੀਆਂ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਨਾ ਬਹਿਣ ਦਾ ਮਜ਼ਾ ਆਉਂਦਾ, ਕਿਉਂਕਿ ਬਾਹਰ ਬਹੁਤ ਠੰਡ ਹੁੰਦੀ ਹੈ। ਇਹਨਾਂ ਨੇ ਬਾਹਰ ਫੱਟੇ ਫੁੱਟੇ ਜਿਹੜਾ ਟਰੱਕ ਸਿਸਟਮ ਹੁੰਦਾ ਹੈ ਉਹ ਲਾਇਆ ਹੁੰਦਾ ਹੈ। ਇੱਥੇ ਵਾਪਸ ਆ ਗਏ ਆਪਾਂ, ਇਹ ਆਪਣੀ ਚੱਲ ਰਿਹਾ ਕੁੱਕਰ, ਕੁੱਕਰ ਦੀ ਸੀਟੀ ਮਸ਼ਹੂਰ ਹੈ, ਸੀਟੀਆਂ ਤੋਂ ਸੀਟੀਆਂ ਮਾਰੀ ਜਾ ਰਹੇ ਆ। ਇਹ ਕੁੱਕਰ ਦੀ ਸੀਟੀ 'ਤੇ ਜੁਗਤਾਂ ਬੜੀਆਂ ਬਣੀਆਂ ਹੋਈਆਂ ਨੇ, ਲੇਕਿਨ ਫੈਮਲੀ ਮੈਂਬਰ ਵੀ ਵੇਖਦੇ ਨੇ ਅਤੇ ਲੇਡੀਜ਼ ਵੀ ਵੇਖਦੇ ਨੇ ਆਪਣੇ ਵਲੋਗ, ਜ਼ਿਆਦਾ ਦੱਸ ਨਹੀਂ ਸਕਦੇ। ਆਪਣਾ ਮਟਨ ਬਣ ਰਿਹਾ ਅਤੇ ਅਮੂਮਨ ਛੋਟੇ ਸ਼ਹਿਰਾਂ ਦੇ ਵਿੱਚ ਨਾ ਸਿਸਟਮ ਨਹੀਂ ਹੁੰਦਾ। ਉਸਤਾਦ ਨੇ ਫਿਰ ਵੀ ਸਿਰ ਢੱਕਿਆ ਹੋਇਆ, ਟੋਪੀ ਟੋਪੀ ਪਾਈ ਹੋਈ ਹੈ। ਅਤੇ ਇਹ ਕੁੱਕਰ ਦੇ ਵਿੱਚ ਪਕਾਉਣ ਦੇ ਬਾਰੇ ਉਸਤਾਦ ਨਾਲ ਕੋਈ ਥੋੜ੍ਹੀ ਬਹੁਤੀ ਮਾਲੂਮਾਤ ਲੈਂਦੇ ਹਾਂ ਇਸ ਬਾਰੇ 'ਚ ਕੀ ਕਹਿੰਦੇ ਨੇ ਅਤੇ ਕਿਸ ਤਰ੍ਹਾਂ ਪਕਾਉਂਦੇ। ਸਾ ਜੀ ਕੜਾਹੀ ਸਾਡੀ ਸਹੀ ਬਣੇਗੀ ਹੈ? ਇਹ ਕੁੱਕਰ 'ਚ ਕਹਿੰਦੇ ਨੇ ਕੜਾਹੀ ਨਹੀਂ ਸਹੀ ਬਣਦੀ ਹੈ, ਨਹੀਂ ਜਿਹੜਾ ਕਹਿੰਦੇ ਨੇ ਕੁੱਕਰ 'ਚ ਸਹੀ ਨਹੀਂ ਬਣਦੀ ਉਹ ਗਲਤ ਕਹਿੰਦੇ ਨੇ। ਉਸਤਾਦ ਉਹਨਾਂ ਕੋਲੋਂ ਪੁੱਛਣਾ ਕਿ ਇਹ ਕੜਾਹੀ ਕਿਸ ਚੀਜ਼ ਦੀ ਬਣਾ ਰਹੇ ਨੇ ਅਤੇ ਇਹ ਕਿਸ ਤਰ੍ਹਾਂ ਬਣਾਉਂਦੇ ਨੇ। ਇਹ ਸਾਜੀ ਕਾਹਦੀ ਹੈ? ਇਹ ਵੀ ਬੀਜ ਦੀ ਜੀ, ਸਾਡੀ ਹੈ ਜੀ, ਸਾਡੀ ਜੋ ਹੈ ਸਾਡੀ ਉਹ ਤੁਸੀਂ ਆਏ ਹੋਵੋਗੇ ਇਸਦੇ? ਨਹੀਂ ਨਹੀਂ ਅੱਜ ਮੇਰਾ ਦਿਲ ਨਹੀਂ ਕਰ ਰਿਹਾ ਜਾਣ ਨੂੰ ਗੱਲ, ਅਸੀਂ ਅੱਜ ਉਹ 10 ਮਿੰਟ ਇਹ ਗੱਲ ਕਰਦੇ ਨੇ ਵੀ ਹੁਣ ਰੋਟੀ ਖਾਣੀ ਹੈ ਤੁਹਾਡੀ ਨਹੀਂ ਖਾਣੀ, ਕਿਉਂ ਜ਼ਰਾ ਕੋ ਮਜ਼ਦਾਰ ਜਿਹਾ ਕਰਕੇ ਬਣਾ ਦੇ ਬਹੁਤ ਠੀਕ, ਕਿਉਂਕਿ ਆਹ ਜਿਹੜਾ ਅੱਜ ਬੜੇ ਉਹਦੇ ਨਾਲ ਮੇਰੇ ਖਾ ਗਿਆ, ਮੈਨੂੰ ਉਹਦੇ ਲਈ ਵੀ ਜੋ ਲੈਕਾ ਚਾਹੀਦਾ ਦੱਸੋ। ਤੁਸੀਂ ਸੋਚਦੇ ਹੋਵੋਗੇ ਕਿ ਇਹ ਭਾਈ ਨੂੰ ਕਾਹਦੇ ਲਈ ਵਿਖਾਇਆ, ਇਹ ਭਾਈ ਇਹਨਾਂ ਦੇ ਗਾਹਕ ਨੇ ਅਤੇ ਆਰਡਰ ਦੇ ਰਹੇ ਨੇ, ਆਰਡਰ ਦੇ ਰਹੇ ਨੇ ਅਤੇ ਕਹਿ ਰਹੇ ਨੇ ਕਿ ਅਸੀਂ ਇਸ ਦਫ਼ਾ ਨਹੀਂ ਸੀ ਆਉਣਾ, ਪਿਛਲੀ ਦਫ਼ਾ ਆਇਆ ਸੀ ਸਾਨੂੰ ਰਾਇਤਾ ਘੱਟ ਮਿਲਿਆ ਸੀ। ਰਾਇਤਾ ਇੱਥੇ ਮਿਲਦਾ ਪਰ ਹੈਡ ਨਾਲ, ਰਾਇਤਾ ਵੀ ਸਲਾਦ ਵੀ ਅਤੇ ਰੋਟੀ ਇਹ ਪਰ ਹੈਡ ਨਾਲ ਮਿਲਦੀ ਹੈ। ਤਕਰੀਬਨ ਜਿੱਥੇ ਵੀ ਹੈ ਨੇ ਨਾ ਟਰੱਕ ਅੱਡਿਆਂ ਦੇ ਵਿੱਚ ਹੋਟਲ, ਉੱਥੇ ਤਕਰੀਬਨ ਪਰ ਹੈਡ ਹੀ ਚੱਲਦਾ। ਲੇਕਿਨ ਵੀਡੀਓ ਨਹੀਂ ਅਸੀਂ ਬਣਾਈ, ਇਹ ਪਹਿਲੇ ਬੈਸੋ ਬਾਸਾ ਹੋਇਆ, ਫਿਰ ਉਸ ਬਾਅਦ ਲੜਾਈ ਹੋ ਗਈ, ਮੈਂ ਕਿਹਾ ਲਿਆ ਵੀ ਸਾਡਾ ਤਾਂ ਪ੍ਰੋਗਰਾਮ 'ਤੇ ਅੱਜ ਵੜ ਗਿਆ, ਲੇਕਿਨ ਬੱਚਤ ਹੋ ਗਈ, ਹੱਥਾਂ ਪਾਈ ਨਹੀਂ ਹੋਈ, ਲੇਕਿਨ ਹਮਾਰੀ ਚੰਗੀ ਹੋਈ। ਇਹ ਸਮਝਦੇ ਰਹੇ ਕਿ ਅਸੀਂ ਆਏ ਹਾਂ ਕਿਸੇ ਹੋਰ, ਇਹ ਕਹਿੰਦੇ ਨੇ ਵਰਕਰ ਹੈਗੇ ਥੱਲੇ, ਪਰ ਦਹੀਂ ਇੱਥੇ ਸਾਮਾ ਸੀ 50 ਰੁਪਏ ਪਹਿਲੇ ਪ੍ਰੋਗਰਾਮ ਦੀ ਕੋਸ਼ਿਸ਼ ਕਰ ਲਈਏ, ਪਹਿਲੇ ਲੈ ਲਾ ਤੇ ਦਹੀਂ ਲਈ ਹੈ, ਹਾਫ ਫਰਾਈ ਹੋ ਗਈ ਹੈ ਤੇ ਹੁਣ ਇਹਨੂੰ ਕਰਨਗੇ 10 ਰੁਪਏ ਮਜ਼ੀਦ ਪਕਾਉਣਗੇ। ਆਪਣੇ ਕਹਿਣ ਦਾ ਮਕਸਦ ਪਰੜ ਦੇ ਵਿੱਚ ਇੱਕ ਵਾਰੀ ਲੈ ਲੈ, ਦੂਸਰੀ ਵਾਰ ਲੈ ਲੈ, ਜੇ ਲੱਗੀ ਐਡ ਰਹੀ ਆ ਲਈ ਆ, ਐਡ ਕਰਕੇ ਤੇ ਫਿਰ ਕੋਣ ਇੰਨੀ ਮਜ਼ੀਦ ਇਹਨੂੰ ਪਕਾਉਣਗੇ ਮਜ਼ੀਦ ਹੋਰ। ਕਿਹੜੇ ਦਾ ਫਿਰ ਕੀ ਮਜ਼ਾ, ਕਿੰਨੇ ਸੀ 47? ਤੁਹਾਨੂੰ ਦੱਸਦਾ ਚੱਲਾਂ, ਇਹ ਮਟਨ ਜਿਹੜਾ ਹੈ ਨਾ ਅੱਧੇ ਤੋਂ ਪੌਣਾ ਘੰਟਾ ਲੱਗਦਾ, ਜ਼ਿਆਦਾਤਰ ਕਰ ਦਿੰਦੇ ਨੇ ਅਤੇ ਦੱਸ ਦਿੰਦੇ ਨੇ ਕਿ ਭਾਈ ਜੀ ਗੋਸ਼ਤ ਦਾ ਫਲਾਂ ਹਿੱਸਾ ਸਾਨੂੰ ਪਕਾਉਣਾ ਹੈ, ਯਾਨੀ ਕਿ ਚਾਂਪਾਂ ਬਣਾਉਣੀਆਂ ਨੇ, ਦਸਤੀ ਬਣਾਉਣੀ ਹੈ, ਉਸ ਤੋਂ ਬਾਅਦ ਰਾਨ ਬਣਾਉਣੀ ਹੈ, ਸੀਨਾ ਬਣਾਉਣਾ ਹੈ, ਗਰਦਨ ਬਣਾਉਣੀ ਹੈ, ਜਿਹੜੀ ਵੀ ਬਣਾਉਣੀ ਉਹ ਫੋਨ 'ਤੇ ਦੱਸ ਦਿੰਦੇ ਨੇ ਅਤੇ ਉਹਨਾਂ ਦੇ ਆਉਣ ਤੋਂ ਪਹਿਲੇ ਰੈਡੀ ਹੁੰਦਾ। ਇਹ ਦੇਖੋ ਇਹ ਮਜ਼ੀਦ ਉਹਨੂੰ ਪਕਾਉਣ ਲੱਗੇ ਨੇ ਅਦੀਲ ਭਾਈ ਅਤੇ ਅਬੂ ਬਕਰ ਭਾਈ, ਜਿਹੜਾ ਨਾ ਇਹ ਸਲਾਦ ਕਰ ਰਹੇ ਨੇ
ਤੇ ਮੈਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਵੀ ਆ ਜਾਓ ਭਾਈ ਜੀ ਆ ਜਾਓ। ਮੈਂ ਕਿਹਾ ਯਾਰ ਥੋੜ੍ਹੇ ਜਿਹੇ ਸ਼ੋਰਟਸ ਰਹਿੰਦੇ ਨੇ ਉਹ ਬਣਾ ਲਾਂ, ਬਣਾ ਕੇ ਆਪਾਂ ਹੁਣ ਇਹ ਹੀ ਕੰਮ ਕਰਨਾ। ਸਲਾਦ ਖਾਈ ਜਾਂਦੇ ਨੇ, ਆਪਾਂ ਬਣਾਉਣੇ ਸੀ ਸ਼ੋਰਟਸ। ਇਹ ਮੇਰੇ ਸ਼ੋਰਟਸ ਬਣਾਉਣ ਦੇ ਮਗਰੋਂ ਭਾਈ ਹੋਰਾਂ ਨੇ ਵਿੱਚ ਮਿਰਚਾਂ ਮੁਰਚਾਂ ਜਿਹੜੀਆਂ ਮਜ਼ੀਦ ਪਾਉਣੀਆਂ ਸੀ ਉਹ ਪਾ ਦਿੱਤੀਆਂ ਨੇ। ਛੋਟੀਆਂ ਜਿਹੜੀਆਂ ਮਿਰਚਾਂ ਆਉਂਦੀਆਂ ਨੇ ਇਹਨੂੰ ਤਕਰੀਬਨ ਮੇਰਾ ਖਿਆਲ ਹੈ ਵਲਾਤੀ ਮਿਰਚਾਂ ਕਹਿੰਦੇ ਨੇ, ਛੋਟੀਆਂ ਛੋਟੀਆਂ ਇਹ ਵਿੱਚ ਪਾ ਦਿੱਤੀਆਂ ਨੇ। ਇਹ ਵੇਖੋ ਇਹਨਾਂ ਨੇ ਚੱਕ ਲਿਆ, ਇਹ ਹਲਕੀ ਆਂਚ 'ਤੇ ਪੱਕ ਰਿਹਾ। ਇਹ ਟਰੱਕ ਵੀ ਇੱਧਰੋਂ ਆ ਗਿਆ ਜਿਹੜੀ ਟਰੱਕ ਅੱਡੇ ਦੀ ਪਹਿਚਾਣ ਹੈਗੀ ਹੈ, ਬਲਕਿ ਇਹ ਟਰੱਕ ਤਾਂ ਪੂਰੀ ਦੁਨੀਆ 'ਚ ਪਹਿਚਾਣ ਹੈ। ਇੰਝ ਦਾ ਟਰੱਕ ਤੁਹਾਨੂੰ ਪੂਰੀ ਦੁਨੀਆ 'ਚ ਕਿਧਰੇ ਵੀ ਨਜ਼ਰ ਨਹੀਂ ਆਏਗਾ। ਇਹ ਸਿਰਫ ਔਰ ਸਿਰਫ ਪਾਕਿਸਤਾਨ ਦੇ ਵਿੱਚ ਹੁੰਦਾ। ਇਹ ਤਕਰੀਬਨ ਆਪਣੀ ਕੜਾਹੀ ਤਿਆਰ ਹੋਣ ਦੇ ਕਰੀਬ ਪਈ, ਉਹਨਾਂ ਨੇ ਲਾ ਲਈ ਮਜ਼ੀਦ। ਆਪਾਂ ਰੋਟੀਆਂ ਵਿਖਾ ਲਈਏ, ਉਸਤਾਦ ਰੋਟੀਆਂ ਬਣਾ ਰਹੇ ਨੇ ਅਤੇ ਕਹਿ ਰਹੇ ਨੇ ਤੁਹਾਡੇ ਵਾਸਤੇ ਸਪੈਸ਼ਲ ਰੋਟੀਆਂ ਪੱਕਣਗੀਆਂ। ਮੈਂ ਕਿਹਾ ਮੈਨੂੰ ਦੱਸਣਾ ਜੇ, ਕਹਿੰਦਾ ਨਹੀਂ ਤੁਸੀਂ ਬਹਿ ਕੇ ਖਾਣਾ, ਉੱਥੇ ਜਾ ਕੇ ਬੈਠੋਗੇ ਅਤੇ ਰੈਡੀ ਹੋ ਕੇ ਤੁਹਾਡੇ ਕੋਲ ਆ ਜਾਣਗੀਆਂ ਰੋਟੀਆਂ। ਰੋਟੀਆਂ ਬੜੀਆਂ ਸਪੈਸ਼ਲ ਹੁੰਦੀਆਂ ਨੇ। ਮੈਂ ਕਿਹਾ ਚਲੋ ਖਾ ਕੇ ਟਰਾਈ ਕਰਨੇ ਹਾਂ ਕਿ ਕਿਸ ਤਰ੍ਹਾਂ ਦੀਆਂ ਸਪੈਸ਼ਲ ਨੇ। ਅੱਛਾ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਜਿਹੜੀਆਂ ਰੋਟੀਆਂ ਲੱਗ ਰਹੀਆਂ ਨੇ ਇਹ ਲੱਗ ਰਹੀਆਂ ਨੇ ਲੱਕੜੀ ਦੇ ਤੰਦੂਰ 'ਤੇ। ਲੱਕੜੀ ਦਾ ਤੰਦੂਰ ਹੁੰਦਾ ਅਤੇ ਦੇਸੀ ਆਟਾ ਹੁੰਦਾ। ਤੁਹਾਨੂੰ ਪਤਾ ਛੋਟੇ ਸ਼ਹਿਰਾਂ ਦੇ ਵਿੱਚ ਇੱਥੇ ਦੇਸੀ ਆਟਾ ਆਸਾਨੀ ਨਾਲ ਮਿਲ ਜਾਂਦਾ, ਬਲਕਿ ਜ਼ਿਆਦਾਤਰ ਤੰਦੂਰਾਂ ਵਾਲਿਆਂ ਨੇ ਸਟਾਕ ਕਰਕੇ ਰੱਖਿਆ ਹੁੰਦਾ ਅਤੇ ਉਹ ਹੀ ਚੱਲ ਗੱਪਸ਼ੱਪ ਨਾਲ ਚੱਲਦੀ ਨਹੀਂ ਜੀ। ਇਹਨਾਂ ਦਾ ਰਸਤਾ ਜਿਹੜਾ ਉਹਨਾਂ ਨੂੰ ਪੁੱਛਿਆ ਬੜਾ ਮਜ਼ੇਦਾਰ ਹੈਗਾ, ਕਿਉਂਕਿ ਹੁਣ ਤੁਹਾਨੂੰ ਦੱਸਦਾ ਉਹਨਾਂ ਜਿੱਥੇ ਪਾਣੀ ਵਾਲਾ ਰਸਤਾ ਹੋਵੇ। ਰਸਤਾ ਬਹੁਤ ਕਮਾਲ ਦਾ, ਉਹ ਕਹਿ ਰਹੇ ਨੇ ਭਾਈ ਸਾਡੀ ਆਪਣੀ ਦਹੀਂ ਬਣਾਉਣ ਦਾ ਅਸੀਂ ਰਸਤਾ ਤਿਆਰ ਕਰਨੇ ਹਾਂ। ਨਾਲ ਗੱਪਸ਼ੱਪ ਤਾਂ ਲੱਗ ਹੀ ਰਹੀ ਹੈ, ਨਾਲ ਨਾਲ ਮਾਲੂਮਾਤ ਵੀ ਲੈ ਰਹੇ ਹਾਂ, ਤੁਹਾਨੂੰ ਵੀ ਨਾਲ ਨਾਲ ਦੱਸ ਰਹੇ ਹਾਂ। ਇਹ ਆ ਗਈਆਂ ਜੀ ਆਪਣੀਆਂ ਸਪੈਸ਼ਲ ਰੋਟੀਆਂ ਜਿਹੜੀਆਂ ਇਹਨਾਂ ਦੀਆਂ ਹੈ ਨੇ, ਉਹ ਸਪੈਸ਼ਲ ਰੋਟੀਆਂ ਡਿਜ਼ਾਇਨ ਦੀਆਂ ਰੋਟੀਆਂ ਨੇ ਭਾਈ ਸਾਹਿਬ। ਇਹ ਇਹਨਾਂ ਦੀ ਸਪੈਸ਼ਲ ਰੋਟੀ ਹੈ ਜਿਹੜੀ ਉਸਤਾਦ ਹੋਰੀ ਕਹਿ ਰਹੇ ਸੀ ਕਿ ਤੁਹਾਨੂੰ ਬੜੀ ਸਪੈਸ਼ਲ ਰੋਟੀ ਖਵਾਉਂਦੇ ਹਾਂ। ਇਹਦੇ ਵਿੱਚ ਕੱਟ ਕੁੱਟ ਲੱਗੇ ਹੋਏ ਨੇ, ਇਹਦਾ ਮਤਲਬ ਇਹ ਕਿ ਖਸਤਾ ਰੋਟੀ ਹੈਗੀ ਹੈ ਜਿਹੜੀ ਕਿ ਤਾਜ਼ਾ ਤਾਜ਼ਾ ਰੋਟੀ ਮਜ਼ਾ ਦਿੰਦੀ ਹੈ। ਡੇਲੀ ਡੇਲੀ ਰੋਟੀ ਸਹੀ ਨਹੀਂ, ਰੋਟੀਆਂ ਕੜਾਹੀ ਦੇ ਨਾਲ ਨਹੀਂ ਮਜ਼ਾ ਦਿੰਦੀ, ਖਸਤਾ ਰੋਟੀ ਹੁੰਦੀ ਹੈ। ਆਪਣੀ ਕੜਾਹੀ ਵੀ ਰੈਡੀ ਹੋ ਗਈ ਹੈ। ਇਹ ਵੇਖੋ ਕੜਾਹੀ ਦੇ ਉੱਤੇ ਇਹਨਾਂ ਨੇ ਮਿਰਚਾਂ ਧਨੀਆ ਅਦਰਕ ਵਗੈਰਾ ਕੱਟ ਕੇ ਪਾਈ ਹੋਈ ਹੈ, ਬੜੀ ਵਧੀਆ ਲੱਗ ਰਹੀ ਹੈ। ਖਾਂਦੇ ਹਾਂ ਅਤੇ ਤੁਹਾਨੂੰ ਵੀ ਦੱਸਣੇ ਹਾਂ ਕਿ ਕਿਹੋ ਜਿਹੀ ਹੈ। ਇਹ ਆ ਗਈ ਜੀ ਬਾਈਟ ਆਪਣੀ, ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਵਾਹ ਯਾਰ ਕਮਾਲ, ਵਾਕਈ ਸਵਾਦ ਆ ਗਿਆ ਬਹੁਤ। ਯਕੀਨ ਕਰੋ ਪਹਿਲੀ ਬੁਰਕੀ ਖਾਂਦੇ ਹੀ ਮੂੰਹ ਦੇ ਵਿੱਚ ਤੁਹਾਡੇ ਨਾਲ ਪਤਾ ਲੱਗੇਗਾ ਕਿ ਕੁਛ ਖਾਧਾ, ਅਤੇ ਉਹ ਵੀ ਬੱਕਰਾ ਯਾਰ ਕਮਾਲ ਹੈਗਾ। ਲੱਕੜੀ ਦੀ ਅੱਗ 'ਤੇ ਬਣਾ ਹੋਵੇ ਅਤੇ ਤੰਦੂਰ ਦੀਆਂ ਰੋਟੀਆਂ ਹੋਵਣ ਅਤੇ ਦੇਸੀ ਆਟਾ ਹੋਵੇ ਯਾਰ, ਉਹਦਾ ਸਵਾਦ ਹੀ ਵੱਖਰਾ ਹੈ। ਇਹ ਵੇਖੋ ਅਸੀਂ ਹੱਥ ਸਾਫ਼ ਕਰ ਰਹੇ ਹਾਂ, ਮੈਂ ਅਤੇ ਅਬੂ ਬਕਰ ਭਾਈ, ਅਦੀਲ ਉਮਰ ਭਾਈ ਜਿਹੜਾ ਹੈ ਨਾ ਉਹ ਸਾਈਡ 'ਤੇ ਬੈਠੇ ਸਾਨੂੰ ਵੇਖ ਰਹੇ ਨੇ। ਅਸੀਂ ਦੜਾ ਦੜ ਖਾਈ ਜਾ ਰਹੇ ਹਾਂ, ਰੋਟੀਆਂ ਅਸੀਂ ਮੰਗਵਾਈ ਜਾ ਰਹੇ ਹਾਂ, ਸਲਾਦ ਵੀ ਰਾਇਤਾ ਵੀ, ਕਿਉਂਕਿ ਪਰ ਹੈਡ ਦੇ ਵਿੱਚ ਜਿੰਨੀ ਦਫ਼ਾ ਮਰਜ਼ੀ ਮੁਰਾਦ ਕਿ 3-4 ਦਫ਼ਾ ਤੁਹਾਨੂੰ ਮਿਲੇਗਾ। ਇਹ ਨਹੀਂ ਹੈ ਕਿ ਤੁਸੀਂ ਰੁੱਖਾ ਖਾਣਾ ਸ਼ੁਰੂ ਕਰ ਦਿਓ ਤਾਂ ਕੜਾਹੀ ਅਸੀਂ ਖਾਣੀ ਨਹੀਂ, ਇਹੀ ਖਾਈ ਜਾਈਏ। ਭਾਈ ਦਾ ਥੋੜ੍ਹਾ ਜਿਹਾ ਇੰਟਰਵਿਊ ਲੈਂਦੇ ਹਾਂ। ਅੱਛਾ ਜੀ, ਇਹ ਭਾਈ ਨੇ ਇੱਥੇ ਇਹ ਮੇਨ ਗੋਸ਼ਤ ਬਣਾਉਣ ਵਾਲੇ, ਇਹਨਾਂ ਨਾਲ ਗੱਲਬਾਤ ਕਰਨੇ ਹੈ। ਭਾਈ ਜੀ ਕਿੰਨਾ ਅਰਸਾ ਹੋ ਗਿਆ ਇਸ ਹੋਟਲ ਨੂੰ? 4 ਸਾਲ ਹੋ ਗਏ। 4 ਸਾਲ ਹੋ ਗਏ ਨੇ, ਅਤੇ ਤਕਰੀਬਨ ਕਿੰਨਾ ਕੁ ਗੋਸ਼ਤ ਆਪਣਾ ਰੋਜ਼ਾਨਾ ਦਾ ਲੱਗ ਜਾਂਦਾ? ਤਕਰੀਬਨ ਲੱਗ ਜਾਂਦਾ 45 ਤੋਂ 50 ਕਿਲੋ। 45 ਤੋਂ 50 ਕਿਲੋ ਖੇੜਾ ਕੱਟਾ ਬੱਕਰਾ ਮੁਰਗੀ ਤਿੰਨੋਂ, ਯਾਨੀ ਕਿ ਮਿਕਸ ਤੁਸੀਂ ਮੰਗਾਉਂਦੇ ਹੋ ਉਹ 50-55 ਦੇ ਨੇੜੇ ਤੇੜੇ ਲੱਗ, 50-55 ਦੇ ਨੇੜੇ। ਅਤੇ ਰੇਟ ਕੀ ਹੈ ਕੜਾਹੀਆਂ ਦਾ? ਮਟਨ ਜਿਹੜਾ 3,000 ਰੁਪਏ ਕਿਲੋ ਹੈ, ਬੀਫ ਜਿਹੜਾ ਉਹ 2,000 ਰੁਪਏ ਕਿਲੋ ਹੈ, ਚਿਕਨ ਬਲੈਲਰ 1,600 ਰੁਪਏ, ਦੇਸੀ ਮੁਰਗਾ 3,200 ਰੁਪਏ। ਅੱਛਾ, ਦੇਸੀ ਮੁਰਗਾ 3,200 ਰੁਪਏ ਜੀ ਸਰ।
ਚਲੋ ਠੀਕ ਹੈ, ਅਤੇ ਇਹ ਐਡਰੈਸ ਕੀ ਹੈ? ਅਗਰ ਇੱਧਰ ਜੇਲ੍ਹ ਰੋਡ ਵੱਲ ਆਓਗੇ ਤਾਂ ਪਹਿਲੀ ਦੁਕਾਨ ਆਏਗੀ, ਚਿੜੀਆ ਘਰ ਰੋਡ ਤੋਂ ਪਹਿਲਾਂ ਹੋਟਲ A1 A1 ਜੀ A1 ਹਾਂਜੀ। ਯਕੀਨ ਕਰੋ ਇਹ ਹੁਣੇ ਖਾ ਕੇ ਅਸੀਂ ਵਿਹਲੇ ਹੋਏ ਹਾਂ, ਬਿੱਲ ਦਿੱਤਾ, ਬਿੱਲ ਦੇਣ ਤੋਂ ਬਾਅਦ ਅਸੀਂ ਹੁਣ ਵਾਪਸ ਚੱਲੇ ਹਾਂ, ਅਤੇ ਯਕੀਨ ਕਰੋ ਅਗਰ ਤੁਸੀਂ ਬੱਕਰਾ ਖਾਣਾ ਹੈ ਨਾ ਤਾਂ ਤੁਹਾਨੂੰ ਟਰੱਕ ਅੱਡੇ ਜਾਣਾ ਪੈਣਾ, ਪਾਵਲ ਨਗਰ ਟਰੱਕ ਅੱਡੇ। ਚੰਗਾ ਟੇਸਟ, ਚੰਗੇ ਮਸਾਲੇ ਅਤੇ ਸਾਫ਼ ਸੁਥਰਾ ਮਾਹੌਲ ਤੁਸੀਂ ਖਾਣਾ ਅਤੇ A1 'ਤੇ ਆਉਣਾ। ਅਗਲੀ ਵੀਡੀਓ ਤੱਕ ਇਜਾਜ਼ਤ, ਅਸੀਂ ਹੁਣ ਚੱਲੇ ਹਾਂ ਕਾਰ ਅਲਾਫ਼।